ਅੱਜ ਪੰਜਾਬ ਯੂਨੀਵਰਸਿਟੀ ਕਾਲਜ ਜੈਤੋ ਦੇ ਇੱਕ ਵਿਦਿਆਰਥੀ ਨੂੰ ਕਾਲਜ ਵਿੱਚੋਂ ਪੁਲਿਸ ਨੇ ਚੁੱਕ ਲਿਆ, ਜਿਸ ਕਾਰਨ ਕਾਲਜ ਵਿਦਿਆਰਥੀਆਂ ਨੇ ਚੌਂਕ ਨੰਬਰ 3 ਬਾਜਾਖਾਨਾ ਰੋਡ ਜੈਤੋ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕੀ ਗੱਲ, ਕਿਉਂ ਧਰਨਾ ਦਿੱਤਾ ਤੁਸੀਂ? ਧਰਨਾ ਕਿਉਂ ਲਾਇਆ ਤੇ ਕਿਉਂ ਜਾਮ ਲਗਾਇਆ? ਨਾਮ ਦਾ ਵਿਦਿਆਰਥੀ ਹੈ ਜੀ, ਕਾਲਜ ਦੇ ਵਿੱਚ ਪੜ੍ਹਦਾ, ਉਹਨੂੰ ਬਿਨਾਂ ਕਸੂਰ ਤੋਂ ਕਾਲਜ ਦੇ ਵਿੱਚ ਚੱਕ ਕੇ ਲੈ ਗਏ। ਜਦੋਂ ਅਸੀਂ ਪੁੱਛਿਆ ਵੀ ਐਸ ਐਚ ਓ ਸਾਹਿਬ ਨੂੰ ਫੋਨ ਕਰਕੇ ਵੀ ਕਿਉਂ ਲੈ ਕੇ ਗਏ, ਉਹ ਕਹਿੰਦੇ ਇੰਕੁਆਇਰੀ ਕਰਨੀ ਸੀ, ਇੰਕੁਆਇਰੀ ਕਰਕੇ ਉਹਨੂੰ ਛੱਡ ਦਿੱਤਾ। ਉਹਦੀ ਜੇਬ 'ਚੋਂ 2000 ਰੁਪਈਆ ਕੱਢ ਲਿਆ, ਉਹਨੂੰ ਕੁੱਟਿਆ ਮਾਰਿਆ, ਹੋਰ ਕੋਈ ਵੀ ਗੱਲ ਨਹੀਂ ਸੀ, ਸਿਰਫ ਇਹਨਾਂ ਨੇ ਪੈਸੇ ਠੱਗਣੇ ਸੀ। ਉਹ ਪੈਸੇ ਉਹਦੀ ਜੇਬ 'ਚੋਂ ਕੱਢਿਆ, ਉਹਨੂੰ ਕੁੱਟਿਆ, ਉਹਨੂੰ ਪੇਪਰ ਦੇਣ ਤੋਂ ਵੀ ਰੋਕਿਆ, ਉਹਨੂੰ ਕਾਲਜ ਦੇ ਵਿੱਚ ਘਸੀੜ ਕੇ ਲਿਆ। ਕੁੱਟਮਾਰ ਉਹਦੇ ਨਾਲ ਕੀਤੀ ਹੈ ਬਹੁਤ ਜ਼ਿਆਦਾ। ਦੇਖੋ ਇਹ ਮੁੰਡਾ ਜੀ, ਇਹਦੇ ਨਾਲ ਕੁੱਟਮਾਰ ਕੀਤੀ ਹੈ, ਇਹਨੂੰ ਪੁੱਛ ਲਓ ਕਿਸ ਤਰ੍ਹਾਂ ਇਹਨੂੰ ਲੈ ਕੇ ਗਏ। ਹਾਂਜੀ, ਕਿਵੇਂ ਤੈਨੂੰ ਲੈ ਕੇ ਗਏ, ਕੀ ਗੱਲਬਾਤ ਹੋਈ? ਮੈਂ ਜੀ ਪੇਪਰ ਦੇਈ ਜਾਂਦਾ ਸੀ। ਪੇਪਰ ਦਿੰਦੇ ਹੀ ਲੈ ਕੇ ਗਏ ਪੇਪਰ? ਦੇ ਮੈਂ ਜੀ ਪਾਣੀ ਪੀਣ ਆਇਆ, ਆਹ ਬਾਹਰ ਕਲਾਸ ਦੇ ਬਾਹਰ ਹੀ ਖੜ੍ਹੇ ਸੀਗੇ ਜੀ, ਇਹਨਾਂ ਨਾਲ ਇੱਕ ਮੁੰਡਾ ਖੜ੍ਹਾ ਸੀਗਾ ਜੀ ਛੋਟਾ ਜਿਹਾ, ਅਤੇ ਮੈਨੂੰ ਧੱਕੇ ਨਾਲ ਬੁਲਾਇਆ ਇਹਨਾਂ ਨੇ, ਮੈਨੂੰ ਕਹਿੰਦੇ ਬਸ ਲੈ ਗਏ ਜਾਣੀ ਕਿ ਚੱਕ ਕੇ, ਮੈਨੂੰ ਕਹਿੰਦੇ ਆ ਤੂੰ ਸਾਡੇ ਨਾਲ ਚੱਲ, ਠੀਕ ਹੈ। ਮੈਂ ਕਿਹਾ ਵੀ ਤੂੰ ਕੌਣ? ਕਹਿੰਦਾ ਚੱਲ ਫਿਰ ਦੱਸ। ਪ੍ਰਿੰਸੀਪਲ ਨੂੰ ਦੱਸ ਕੇ ਗਏ ਸੀ? ਨਹੀਂ, ਕਿਸੇ ਨੂੰ ਕੁਛ ਨਹੀਂ ਦੱਸਿਆ, ਨੋਟ ਸੱਕੇ ਨਾਲ ਮੇਰਾ ਗਲਾ ਫੜ ਕੇ। ਤੁਹਾਡਾ ਨਾਮ ਕੀ ਹੈ? ਕੁਮਾਰ ਜੀ ਮੇਰਾ ਨਾਮ, ਅਨਿਲ ਕੁਮਾਰ ਜੀ ਮੇਰਾ ਨਾਮ, ਬੀਏ ਫਸਟ ਈਅਰ 'ਚ ਪੜ੍ਹਦਾ ਜੀ ਮੈਂ। ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਮੈਨੂੰ ਕੁੱਟਿਆ ਜੀ ਉੱਥੇ ਜਾ ਕੇ, ਬਹੁਤ ਪਿੱਟਿਆ ਜੀ ਮੈਨੂੰ। ਪੈਸੇ ਕਿੰਨੇ ਕੱਢੇ ਤੁਸੀਂ? 2000 ਰੁਪਏ ਸੀਗਾ ਜੀ ਮੇਰੀ ਜੇਬ 'ਚੋਂ। 2000 ਕਿਹਨੇ ਕੱਢਿਆ, ਕੌਣ ਸੀ? ਉਹਨਾਂ ਦਾ ਨਾਮ ਨਹੀਂ ਪਤਾ ਜੀ ਮੈਨੂੰ, ਉਹ ਬਾਬਾ ਡਰਾਈਵਰ ਸੀ। ਹੁਲੀਆ ਕੋਈ? ਹੁਲੀਆ ਕਿਸ ਤਰ੍ਹਾਂ? ਹੁਲੀਆ ਉੱਥੇ ਜਾ ਕੇ ਪਛਾਣ ਲੈਂਗੇ। ਹਾਂ, ਉੱਥੇ ਜਾ ਕੇ ਪਛਾਣ ਲੈਂਗੇ। ਪੁਲਿਸ ਕਰਮਚਾਰੀ ਸੀ? ਪੁਲਿਸ ਕਰਮਚਾਰੀ ਸੀ, ਸੀ ਆਈ ਸਟਾਫ ਦੇ ਜੇਤੋ ਦੇ। ਠੀਕ ਹੈ। ਸੀ ਸੀ ਪੀ ਨਿਊਜ਼ ਤੋਂ ਲੋਵਿਸ਼ ਜਿੰਦਲ ਦੀ ਰਿਪੋਰਟ।